ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਛੇਵੀਂ ਜੋਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਗਰੇ ਦੇ ਵਿੱਚ ਸ਼ਿਕਾਰ ਖੇਡਦੇ ਖੇਡਦੇ ਰਾਜੇ ਨਾਲ ਪੁੱਤਰ ਕਰਦੇ ਜਦੋਂ ਜਹਾਂਗੀਰ ਦੇ ਮਨ ਵਿੱਚ ਸੀ ਕਿ ਮੈਂ ਤੇ ਬਾਦਸ਼ਾਹ ਹਾਂ, ਮੈਨੂੰ ਬਾਦਸ਼ਾਹ ਕਹਿੰਦੇ ਤੇ ਇਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਰਾਜ ਤੇ ਮੇਰਾ ਇਹ ਨਹੀਂ ਪੜਦਾ ਕਿ ਸਗਲੀ ਧਰਤੀ ਸਾਧਕੀ ਤਸਕਰ ਬੈਠਾ ਹੈ, ਧਰਤੀ ਦੇ ਸਾਧੂਆਂ ਦੀ ਸਾਧਕ ਪਰਮਾਤਮਾ ਦੀ ਆਖਿਰਕਾਰ ਇੱਕ ਸਿੱਖ ਨੂੰ ਪਤਾ ਲੱਗਾ ਕਿ ਆਗਰੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਛੇਤੀ ਜੋਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਿਰਾਜਮਾਨ ਆ ਰਹੇ ਘਰ ਦੀਆਂ ਜਿਹੜਾ ਸੋਹਣੀਆਂ ਸੋਹਣੀਆਂ ਆਗਿਆ ਦੀਆਂ ਇੱਕ ਕੋਟੜੀ ਘੋੜੇ ਵਾਸਤੇ ਬੰਨੀ, ਇੱਕ ਕਮਾਈ ਰੱਖੇ ਠਗਾ ਗੁਰਬਾਣੀਆਂ ਪੁੱਛਿਆ ਮੈਂ ਸੱਚੇ ਪਾਤਸ਼ਾਹ ਨੂੰ ਮਿਲਾਂ, ਉਹਨਾਂ ਸੋਚਿਆ ਕਿ ਪਾਤਸ਼ਾਹ ਹੀ ਹੋਇਆ, ਉਹਨਾਂ ਪਾਤਸ਼ਾਹ ਵੱਲ ਭੇਜ ਦਿੱਤਾ। ਬਾਦਸ਼ਾਹ ਤੇ ਜਾ ਕੇ ਤਲੀ ਤੇ ਟਕਾ ਰੱਖਿਆ ਤੇ ਘਰ ਨੂੰ ਚੜ੍ਹਨ ਰੱਖੀਆਂ ਤੇ ਬਾਦਸ਼ਾਹ ਨੇ ਆਖਿਆ ਇਹਨੇ ਮਾਮਲਾ ਲੈ ਕੇ ਆਇਆ ਤੇ ਘਰ ਦੀਆਂ ਜਿਹੜਾ ਤੂੰ ਅੰਦਰ ਮੇਰੇ ਕੋਲ ਤੰਬੂ ਚ ਕਿਉਂ ਲਿਆ, ਬਾਹਰ ਘੋੜ ਸਵਾਰਾਂ ਕਿਉਂ ਨੀ ਦੇ ਕੇ ਆਇਆ। ਕਹਿੰਦਾ ਜਿਹੜਾ ਨਿਰਭਉ ਜਪਦਾ ਨਾ, ਨਿਰਭਉ ਜਪੇ ਸਗਲ ਕੌਮ ਮਿਲੇ, ਜਿਹੜਾ ਨਿਰਭਉ ਦਾ ਜਾਪ ਦੇ ਜਿਹੜਾ ਅਵਸਥਾ ਬਣ ਗਈ ਜਿਹਦੀ ਉਸ ਵੇਲੇ ਉਹ ਰਾਜੇ ਕੋਲੋਂ ਨਹੀਂ ਮਿਲਦਾ, ਕਿਉਂਕਿ ਜਿਹੜੇ ਸੰਤ ਲੋਕ ਕਦੇ ਕਿਸੇ ਰਾਜਿਆਂ ਕੋਲ ਨਹੀਂ ਜਾਂਦੇ ਉਹ ਗੁਰੂ ਕੋਲ ਜਾਂਦੇ। ਜਿੰਨੀ ਰਾਜੇ ਦੀ ਬਚਾਵ ਨੂੰ ਕਰਨੀ, ਗੁਰੂ ਦੀ ਕਦਰ ਮਨ ਕਦੇ ਕੀ ਬਚਾਵ ਕਰਨੀ। ਕਹਿੰਦੇ ਮਨ ਕਮਰੀ ਹੈ ਗੁਰੂ ਕਦਰੀ ਹੈ ਗੁਰੂ ਕੋਲ ਮੇਰਾ ਜੀ, ਇਹਨਾਂ ਕਿਸੇ ਦੇ ਦਰਵੇ ਕਰਨ ਕਰਦੇ ਜਾਣ। ਆਖਿਰਕਾਰ ਕਹਿੰਦਾ ਮੈਂ ਤਾਂ ਮਾਮਲਾ ਲੈ ਕੇ ਨਹੀਂ ਆਇਆ, ਮੈਂ ਕਿਸੇ ਕਮਾਈ ਦਾ ਦੱਸਣ ਗੁਰੂ ਨੂੰ ਸੱਚੇ ਪਾਤਸ਼ਾਹ ਨੂੰ ਭੇਟ ਕਰਨ ਆਇਆ ਤੇ ਜਿਹੜੇ ਘੋੜਿਆ ਉਹਨਾਂ ਦੀ ਸੇਵਾ ਕਰ ਰਿਹਾ ਉਹਦੇ ਵਾਸਤੇ ਮੈਂ ਗੁਰੂ ਦਾ ਲੰਗਰ ਘਾ ਤੇ ਗੁਰੂ ਦਾ ਲੰਗਰ ਘੋੜੇ ਵਾਸਤੇ ਲਿਆ। ਕਹਿੰਦੇ ਅੱਛਾ। ਕਹਿੰਦਾ ਜਿੱਥੇ ਤੱਕ ਤੇਰੀ ਨਿਗਾਹ ਨਾਮ ਤੇ ਮੈਨੂੰ ਨੀ ਮਿਲਿਆ, ਕਹਿੰਦੇ ਤੂੰ ਨਾਮ ਲੈਣਾ ਨਾਮ ਤੇ ਤੈਨੂੰ ਮੈਂ ਦੇ ਨਹੀਂ ਸਕਦਾ, ਜਿੱਥੇ ਤੱਕ ਤੇਰੀ ਨਿਗਾਹ ਉੱਥੇ ਤੱਕ ਤੈਨੂੰ ਜ਼ਮੀਨ ਦੇ ਸਕਦਾ, ਤੈਨੂੰ ਮੋਹਰਾਂ ਦੇ ਨਾਲ ਤੋਰ ਸਕਦਾ, ਜੋ ਹੀਰੇ ਦਵਾਸ ਹੋਵੇ ਤੈਨੂੰ ਦੇ ਸਕਦਾ। ਕਹਿੰਦਾ ਨਾ ਮੈਨੂੰ ਤੇਰੀ ਮੋਹਰਾਂ ਦੀ ਲੋੜ ਹੈ, ਨਾ ਤੇਰੀ ਜ਼ਮੀਨ ਦੀ ਲੋੜ ਹੈ ਤੇ ਨਾ ਮੈਨੂੰ ਤੇਰੀ ਲੋੜ ਹੈ। ਨਿਗਾਹ ਹੋਵੇ ਟਕਾ ਚੁੱਕਿਆ ਅੱਸੂ ਭਗਤੀ ਚੜ੍ਹਾਂ ਤੇ ਰੋਂਦਾ ਅੱਸੂ ਕੇਂਦਰ ਜਾ ਕੇ ਸੱਚੇ ਪਾਤਸ਼ਾਹ ਦੇ ਤੰਬੂ ਜਾ ਬਣਾ ਲਓ। ਸੱਚੇ ਪਾਤਸ਼ਾਹ ਨੇ ਬੁਲਾਇਆ ਭਾਈ ਸਿੱਖ ਨੂੰ ਭੇਜੋ, ਸਿੱਖ ਨੂੰ ਭੇਜਿਆ ਆਖਰ ਕੇ ਪਾਤਸ਼ਾਹ ਤੁਸੀਂ ਮੈਨੂੰ ਜਗੀਰਾਂ 'ਚ ਪਾ ਦੇਣ ਲੱਗੇ ਸਭ ਮੋਹਰਾਂ 'ਚ ਪਾ ਦੇਣ ਲੱਗੇ ਸੀ, ਮੈਨੂੰ ਮੋਹਰਾਂ ਨਾਲ ਤੋਰ ਲੈਣ ਲੱਗੇ ਸੀ ਉੱਥੇ ਭੇਜ ਦਿੱਤਾ। ਕਹਿੰਦੇ ਸਿੱਖਾ ਇਹ ਨਹੀਂ ਕਿ ਤੇਰਾ ਮਤਿਹਾਰ ਹੈ ਤੇ ਤੂੰ ਗਰੀਬ ਹੈ, ਤੇਰੀ ਆਤਮਾ ਅਮੀਰ ਹੈ, ਜੋ ਤੇਰੇ ਲੋਕ ਤੇ ਪ੍ਰਲੋਕ ਦਾ ਤੈਨੂੰ ਗਿਆਨ ਅੰਦਰ ਅੰਮ੍ਰਿਤ ਸ਼ਬਦ ਚੱਲਣ ਲੱਗ ਗਿਆ ਤੇ ਅੰਮ੍ਰਿਤ ਜੀਵਨ ਦੇ ਟੱਪਣ ਲੱਗ ਗਿਆ ਤੇ ਉਸ ਕਾਲ ਪੁਰਖ ਨਾਲ ਜੁੜ ਗਿਆ। ਗੁਰੂ ਦਾ ਸਿੱਖ ਸੋਰਟ ਮਹਿਲਾ ਬਨਮਾ ਜਿਨ੍ਹਾਂ ਨੂੰ ਜਿਸ ਪਾਰ ਬ੍ਰਹਮ ਚਿੱਤ ਆਇਆ ਜਿਨ੍ਹਾਂ ਨੂੰ ਉਹ ਚੇਤੇ ਹੈ ਸੰਸਾਰ ਤੋਂ ਵਸਤੂ ਨਹੀਂ ਚੇਤੇ, ਸੋ ਘਰ ਦਾ ਸਾਰਾ ਉਸ ਘਰ ਦੇ ਅੰਦਰ ਪਰਮਾਤਮਾ ਦਾ ਬਖਸ਼ਿਆ ਭੰਡਾਰ ਹੈ, ਸੁੱਖ ਸਾਗਰ ਗੁਰਤਾ ਹੈ, ਸੁੱਖਾਂ ਦਾ ਸਾਗਰ, ਸੁੱਖਾਂ ਦਾ ਰਸਤਾ, ਸੁੱਖਾਂ ਦੀ ਵਿਰਤੀ। ਤੇ ਫਿਰ ਤਾਂ ਸਹਿਸਾ ਸਗਨ ਬਣਾਇਆ ਜਿਹੜੇ ਪਹਿਲੇ ਅੱਗੇ ਸਹਿਸੇ ਆ ਗਏ ਸਨ ਸਾਰੇ ਪੰਡਾਰ ਦੇ ਰਸਤੇ। ਇਹ ਸਾਰੀ ਜਿਹੜੀ ਹੈ ਹਲਕੇ ਨਾਮ ਕੀ ਵਡਿਆਈ ਆਠ ਕਰਕੇ ਮੰਗਾਈ, ਜਿਹੜਾ ਕਿਰਤ ਕਰਦਾ ਸੀ ਨਾਮ ਜਪਦਾ ਸੀ ਘਰ ਵਿੱਚ ਜਿਹੜਾ ਸਤਸੰਗ ਕੱਢਿਆ ਤੇ ਨਾਮ ਸਵਾਸਾ ਜਪਦਾ ਸੀ, ਕਿਰਤ ਕਿਰਤ ਕਰੋ ਨਾਮ ਜਪੋ ਮਤਲਬ ਕਿਰਤ ਕਰੀ ਜੇ ਨਾਮ ਨਹੀਂ ਜਪਦਾ ਤੇ ਜੇ ਨਾਮ ਕਿਰਤ ਕਰਕੇ ਬੰਨ ਕੇ ਨਹੀਂ ਛੱਡਦਾ ਤੇ ਫਿਰ ਪਾਣੀ ਤੇ ਉਹਦਾ ਜੀਵਨ ਸਫਲਾ ਨਹੀਂ। ਜੇ ਆਏ ਗਏ ਪਾਣੀ ਨੂੰ ਪੁੱਛਦੇ ਜੇਕਰ ਸਾਧਨਾ ਸੇਵਿਓ ਹਰ ਕੀ ਸੇਵਾ ਨਾ ਹੈ ਤੇ ਮਰਗਟ ਤੇ ਰੱਜ ਕੇ ਭੂਤ ਵਸੇ ਮਨ ਮਾਰ ਜਿਹਨਾਂ ਦੇ ਘਰ ਆਏ ਗਏ ਕੁਛ ਕੁਛ ਨਹੀਂ ਹੋਏ ਤੇ ਘਰ ਸ਼ਮਸ਼ਾਨ ਘਾਟ। ਜਿਹੜੇ ਲੋਕ ਪਾਣੀ ਨੂੰ ਪੁੱਛਦੇ
जब कली करन आजाव जो करन पाने रहते तो चाव से किया इन्ने पोरे नौकर नौकर की क्या नाम है पुत्र कबू उन्होंने वो भी पति किया वो सारे बच्चे वाले जे काम असी नौकर पाने रहते असी नौकर क्यों के गया असी तो उन्होंने कहना पूछा बेटा है ठीक कहो उन्होंने उन्होंने डेरी ना बुलाओ उन्होंने भी शर्ता ना बुलाओ जरा गरीब सी ना बाप जी की भगवान उन्होंने देखो सीता ने छकन वास्ते और कोई मिले दुनिया का बंदा उन्होंने वही मिले किन्ने राजे महाराजे सन किन्नी जगह इस करके गुरु साहब ने आख्या कि आपके नाम की वडियाई आठ पैर को लगाई राहो जी ने समझाया गुरु पूरे प्रभु की एकत कहानी जब बोले कमत बाणी नानक दास खाणी गुरु पूरे दे जाने ये जितिया खाता ने पूरे गुरु को गुरु को गुरु किन्न वडियाई देगा ये गुरु के कारण गुरु ने देखो गुरु पूरे दे जिन गुरु अर्जुन ने मारा पिपली साहब वाला प्रसाद लैके टोकर हसन के बाजी मुकर मार के जो पिपली साहब है पिपली साहब जाके दुनिया मोशेशा की मुठी चापी की सिखा नहाया जो बुजुर्ग थक गए सब उन्होंने मुठिया पर लगे गुरु अर्जुन ने मार थक लगे सिखा तो बड़ी सेवा की है स्नान करवाए लंगर भेजे कहते कितों मिल गए लंगर कितों राति ले आया गया कोई तो गुरु साहब माता गंगा ने लैके दे ना लंगर लैके पहुंच कहते ना तू सवेरे साढ़े नाम से रास्ता साफ जल्दी मिल जाएगा तेरी सरकार के कारण के गुरु को जा रहे तेरी पता है कि वो गुरु अर्जुन ने मारा जो तू जाके हरमंदिर साहब पहुंचे ये सारी चंता मावियां हो गया असी समाधि रखी नहीं मैं नहीं रहना ਸੋ ਉਹਨਾਂ ਆਖਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਸਮਾਧੀ ਰੱਖੀ ਬੈਠਾਂਗੇ ਤੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਤੇ ਗੁਰੂ ਸਾਹਿਬ ਕਿੱਥੇ ਮਿਲਣਗੇ ਕਹਿੰਦੇ ਸੁਣਿਆ ਸੀ ਕਿ ਲਾਹੌਰ ਪਿਸ਼ਾਬ ਦੇ ਸਰਦਾਰ ਪਿਪਲੀ ਸਾਹਿਬ ਕਹਿੰਦੇ ਨੇ ਗੁਰ
ਕਹਿੰਦਾ ਮੈਂ ਗੁਰੂ ਨਾਨਕ ਦਾ ਜੋੜਾ ਹੀ ਲੱਭ ਰਿਹਾ ਸਾਹਿਬ ਸਕਦੇ ਬਾਬਾ ਨਿਮਰਤਾ ਕਿੰਨੀ ਨਿਮਰਤਾ ਗੁਰੂ ਸਾਹਿਬ ਨੂੰ ਪਿਆਰ ਵਿੱਚ ਆਖਿਆ ਸੰਗਤਾਂ ਨੇ ਕਿ ਅਸੀਂ ਗੁਰੂ ਦੀਆਂ ਬਹੁਤ ਪਿਆਰੀਆਂ ਸੰਗਤਾਂ ਪੂਰੇ ਤੇ ਜਾਣੇ ਗੁਰੂ ਸਾਹਿਬ ਨੇ ਆਖਿਆ ਤੁਸੀਂ ਕੀ ਸੰਗਤਾਂ ਹੋ ਕਹਿੰਦੇ ਜੇ ਤੁਸੀਂ ਸਾਡਾ ਸੰਗਤ ਦਾ ਬੰਦਾ ਵੇਖਣਾ ਤੇ ਜੇ ਤੁਸੀਂ ਸਾਡਾ ਪਿਆਰੀ ਸੰਗਤ ਵੇਖਣੀ ਤੇ ਭਾਈ ਪਟਾਲੇ ਜੀ ਨੂੰ ਗੁਜਰਾਤ ਦੇ ਵਿੱਚ ਗੁਜਰਾਤ ਦੇ ਜਾ ਕੇ ਦੇਖੋ ਭਾਈ ਪਟਾਲੇ ਜੀ ਉਹ ਸਿੱਖ ਤਿਆਰ ਹੋ ਗਏ ਜਾ ਕੇ ਗੁਜਰਾਤ ਵਿੱਚ ਪੁੱਛਿਆ ਭਾਈ ਪਟਾਲੇ ਜੀ ਨੂੰ ਕਹਿੰਦੇ ਭਾਈ ਪਟਾਲੇ ਕਹਿੰਦੇ ਨੇ ਦੋਹਲਾ ਪਤਲਾ ਸਰਕਾਰ ਹੈ ਦਰਜ਼ ਦੇ ਥੱਲੇ ਬੰਦਾ ਪਿਆ ਮਾਰਦਾ ਫੱਟੇ ਜੀ ਕਹਿੰਦੇ ਨੇ ਉਹਨੂੰ ਵੇਖੋ ਜਾ ਕੇ ਉਹ ਸਾਡਾ ਅਨੰਦ ਸੇਵਕ ਹੈ ਕਹਿੰਦਾ ਗੁਰੂ ਨੇ ਸਾਡਾ ਧੋਖਾ ਕੀਤਾ ਵਾਪਸ ਆ ਰਹੇ ਸਰ ਦੋ ਝੋਟਿਆਂ ਦਾ ਪੇਟ ਹੋਇਆ ਭਾਈ ਪਟਾਲੇ ਦਾ ਪੁੱਤਰ ਹਟਾਉਣ ਲੱਗਾ ਪੇਟ ਦੇ ਵਿੱਚ ਟੱਕਰ ਲੱਗੀ ਮੌਤ ਹੋ ਗਈ ਕਹਿੰਦੇ ਦੇਖੋ ਭਾਈ ਤੱਪੜੇ ਵੀ ਕੰਮ ਆ ਗਿਆ ਪੱਟਾ ਵੀ ਕੰਮ ਆ ਗਿਆ ਕਹਿੰਦੇ ਵੀ ਜੇ ਤੁਹਾਨੂੰ ਪਤਾ ਸੀ ਕਿ ਤੁਸੀਂ ਵਿਆਹ ਕਿਉਂ ਕੀਤਾ ਕਹਿੰਦਾ ਜੋ ਕਰਨਾ ਜੋ ਕਰ ਰਿਹਾ ਸੀ ਉਹ ਲੋਕ ਵਿੱਚ ਦਖਲ ਨਹੀਂ ਦਿੰਦੇ ਜੋ ਪਰਮਾਤਮਾ ਕਰਦਾ ਉਹ ਦੇਖੋ ਇਹ ਹੈ ਅਨੰਦ ਸੇਵਕ ਅਨੰਦ ਸੇਵਕ ਜਿਹੜਾ ਹੁੰਦਾ ਉਹਦੇ ਹੁਕਮ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਮੁੰਡੇ ਦੇਖਿਆ ਹੋਰ ਜੀਵਿਤ ਦੇਖਿਆ ਇਹ ਹੱਥ ਉੱਪਰ ਤੇ ਲੇਟ ਗਏ ਮਲੇ ਦੇ ਸਰਾਣੇ ਤੇ
Satsang with Mooji.